ਲੈ ਵੀ ਮਿੱਤਰਾ ਕੱਢ ਗੱਡੀ ਚੱਲੀਏ ਕਿਸੇ ਪਾਸੇ। ਆ ਖੜੀ ਹੈ ਸਵਿਫਟ ਆਪਣੀ ਗਰਾਜ ਚਲਾਈ, ਥੋੜ੍ਹੀ ਥੋੜ੍ਹੀ ਰੇਤੇ ਨਾਲ ਭਰੀ ਖੜੀ ਹੈ ਅਤੇ ਕਰਦੇ ਹਾਂ ਸਾਫ਼। ਅਤੇ ਸ਼ਿਵ ਆ ਗਿਆ, ਗੇਟ ਗੂਟ ਖੋਲਤਾ, ਹੁਣ ਅਸੀਂ ਚੱਲਿਆ ਕਿਸੇ ਪਾਸੇ ਨੂੰ। ਆ ਹੈਗੀ ਆ ਸਾਡੇ ਪਿੰਡ ਦੀ ਫਿਰਨੀ, ਅਤੇ ਘਰ ਤੋਂ ਨਿਕਲ ਕੇ ਪਾ ਲਈ ਫਿਰਨੀ 'ਤੇ ਹੁਣ ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ। ਅਤੇ ਆ ਹੈਗੀ ਆ ਬਈ ਪਿੰਡ ਦਾ ਸਾਡਾ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ, ਵੈਲਕਮ ਬੈਕ ਬਾਈ ਸਾਰਿਆਂ ਦਾ। ਵਾਹਵਾ ਟਾਈਮ ਵਾਧੂ ਆ ਹੁਣ, ਅੱਜ ਅਸੀਂ ਵਾਹਵਾ ਟਾਈਮ ਵੱਧ ਇਕੱਠੇ ਆ। ਗਗਨ ਬਾਈ ਅੱਜ ਫੇਰ ਵੀ ਮਿਸ ਆ, ਤੇ ਅੱਜ ਅਸੀਂ ਚੱਲੇ ਆ ਬਰਨਾਲੇ ਹੁਣ ਕੰਮ ਜਿਹਾ ਕੁਛ ਦਿਖਾਉਣਾ ਤੁਹਾਨੂੰ ਮਾਹੌਲ, ਤੇ ਅੱਜ ਕੁਛ ਸਪੈਸ਼ਲ ਚੀਜ਼ ਦਿਖਾਵਾਂਗੇ ਬਰਨਾਲੇ ਦੀ, ਜਿਹਦੇ ਕਰਕੇ ਹੁਣ ਬਰਨਾਲਾ ਜ਼ਿਆਦਾ ਮਸ਼ਹੂਰ ਹੁੰਦਾ ਜਾਂਦਾ ਹੈਗਾ। ਅੱਜ ਬਹੁਤ ਹੀ ਸੋਹਣੀ ਚੀਜ਼ ਆ, ਤੇ ਬਾਕੀ ਮੌਸਮ ਬਾਰੇ ਦੇ ਜਾਣਕਾਰੀ ਕੀ ਗੱਲ? ਮੌਸਮ ਦਾ ਅੱਜ ਜਮਾਂ ਬਈ ਐਂਡ ਹੋ ਗਿਆ, ਸਵੇਰ ਤੋਂ ਲੈ ਕੇ 4 ਵਜੇ ਤੱਕ ਤਾਂ ਪੂਰੀ ਧੁੱਪੀ ਸੀ, ਗਰਮੀ ਸੀ ਨੀਰੀ, ਤੇ ਰੱਬ ਨੇ ਜਮਾ ਉਹਦੀ ਜਾਣ ਵੇਲੇ ਨੂੰ ਸੋਲੀ, ਮੌਸਮ ਪੂਰਾ ਠੰਡਾ ਹੋ ਗਿਆ। ਪਈ ਜਾਂਦਾ ਮਾੜਾ ਮਾੜਾ ਤੇ ਪੂਰੀ ਫੁੱਲ ਹਵਾ ਚੱਲੀ ਜਾਂਦੀ ਆ। ਦਿਖਾ ਕੇ ਨਾ ਪਰਲੇ ਪਾਸੇ ਦਿਖਾ, ਹੋਣਾ ਤੁਹਾਨੂੰ ਮਾਹੌਲ ਪਰਲੇ ਪਾਸੇ ਦਾ। ਮੌਸਮ ਦਾ ਬਈ ਅੱਜ ਜਮਾ ਐਂਡ ਹੋ ਗਿਆ, ਸ਼ਿਮਲਾ ਬਣਿਆ ਪਿਆ ਸ਼ਿਮਲਾ ਜਮਾ। ਅੱਜ ਤਾਂ ਰੱਬ ਨੇ ਵਾਹ ਵਾਹ ਮਹੀਨਿਆਂ ਬਾਅਦ ਸ਼ਿਮਲਾ ਬਣਾਤਾ, ਇੱਕ ਦਿਨ ਪਹਿਲਾਂ ਸੀਗਾ ਇੱਕ ਅੱਜ ਬਣਾਤਾ ਜਮਾ ਬਈ। ਅੱਜ ਤਾਂ ਕੁਦਰਤੀ ਉਧਰੋਂ ਬਲੌਗ ਬਣਾਉਣ ਜਾਣਾ ਸੀ ਤੇ ਉਧਰੋਂ ਮੌਸਮ ਸੁਣ ਲਿਆ, ਸਾਡੇ ਯਾਰ ਮਿੱਤਰ ਇਕੱਠੇ ਨੇ ਪਾਰਟੀਆਂ ਨੂੰ ਤਾਂ ਬੋਲਦਾ ਸੀ। ਅੱਜ ਅਸੀਂ ਕੰਮ ਚ ਸੀਗੇ ਸਾਰੇ ਬਾਹਰ ਅੰਦਰ, ਨਹੀਂ ਤਾਂ ਹੱਥ ਨੂੰ ਫੈਮਲਾ ਜਵਾਕ ਰਨਿੰਗ ਕਰਦੇ ਹੁੰਦੇ ਲਾਉਣਗੇ ਮੈਰਾਥਨ। ਯਾਦਾਂ ਜੁੜੀਆਂ ਆ ਕੇਪੀ ਦੀਆਂ ਸਕੂਲ ਨਾਲ, ਇਹਨੇ ਬਣਾਇਆ ਬਲੌਗਰ ਜਿਹੜੀ ਗੱਲ ਆ। ਹੁਣ ਅਸੀਂ ਪੀਨੇ ਆ ਬਾਈ ਚਾਹ, ਬਜਟ ਢਾਬਾ ਕੋਈ ਵਧੀਆ ਨੀ, ਕਾਇੰਡ ਆਫ ਢਾਬਾ ਵੀ ਕਹਿ ਲਾ ਰੈਸਟੋਰੈਂਟ ਵੀ ਕਹਿ ਲਾ, ਦੋਨੇ ਚੀਜ਼ਾਂ ਹੀ ਆ। ਦਿਖਾਉਣੇ ਆ ਤੁਹਾਨੂੰ ਹੁਣ ਅੰਦਰਲੀ ਗੱਲਬਾਤ। ਫਾਸਟ ਫੂਡ ਵਾਲੇ ਕਾਰਨਰ ਵੀ ਬਣੇ ਹੋਏ ਇੱਥੇ ਬਾਹਰ ਹੀ ਬਈ। ਆਹ ਗੱਲ ਸਟਾਰ ਡਾਇਮੰਡ, ਆਹ ਗੱਲਬਾਤ ਆ। ਪੀਨੇ ਆ ਚਾਹ ਹੁਣ, ਟੀ ਡਰਿੰਕ ਕਰਦੇ ਹਾਂ ਅਸੀਂ। ਹਾਂ ਬਾਹਰ ਹੀ ਬਹਿ ਜਾਂਦੇ ਨਾ, ਬਾਹਰ ਹੀ ਮੌਸਮ ਤਾਂ ਠੰਡਾ ਹੀ ਆ। ਸ਼ਿਵ ਤੂੰ ਦਿੱਲੀ ਗਿਆ ਵਾ ਸੀ, ਕਿਵੇਂ ਰਿਹਾ ਫਿਰ ਤੇਰਾ ਐਕਸਪੀਰੀਅੰਸ ਮਾੜਾ ਜਿਹਾ ਦੱਸ, ਕਿੰਨੇ ਦਿਨ ਲਾਇਆ ਆਇਆ ਤੂੰ ਦਿੱਲੀ? ਦਿੱਲੀ ਬਈ ਆਪਾਂ ਲਾਇਆ 10 ਦਿਨ ਇਕੱਠਮ ਇਕੱਠੇ, ਜਮਾਂ 10 ਦਿਨ ਮਸਾਂ ਮੋੜ ਕੇ ਲਿਆਂਦਾ ਬਈ। ਜਦੋਂ ਵੀ ਕਿਤੇ ਜਾ ਵੜਦਾ ਬਹੁਤ ਔਖਾ ਮੋੜਨਾ, ਜਿੰਨਾ ਕਹਿ ਦੇ ਦਿੱਲੀ ਤਾਂ ਹੈ ਵੀ ਦੂਰ ਹੈ ਯਾਰ। ਕਿੰਨੀਆਂ ਸਕੀਰੀਆਂ ਸੀਗੀਆਂ ਉੱਥੇ? ਦਿੱਲੀ ਵਾਲਾ ਬਲੌਗ ਵੀ ਪਾਵਾਂਗੇ ਬਈ, ਮੁੰਡਾ ਦਿੱਲੀ ਜਾ ਕੇ ਠੀਕ ਆ ਠੀਕ ਆ ਠੀਕ ਆ। ਆ ਗਈ ਬਈ ਚਾਹ, ਆ ਗਈ ਸਾਡੀ, ਦੇਖਦੇ ਹੁਣ ਤਰੀ ਵਾਲੀ ਚਾਹ ਆ ਗਈ ਕਿ ਦੂਜੀ ਖੰਡ ਵਾਲੀ ਚਾਹ ਗਈ। ਕਹਿਤਾ ਸੀ ਵੀ ਬਈ ਆਦਾ ਜਾਣਾ ਬਾਈ, ਬਾਕੀ ਦੇਖਦੇ ਹਾਂ, ਇੱਕ ਦੋ ਵਾਰੀ ਪਹਿਲਾਂ ਹੀ ਪੀਤੀ ਆ, ਐਕਸਪੀਰੀਅੰਸ ਤਾਂ ਮਾੜਾ ਹੀ ਰਿਹਾ, ਅੱਜ ਦੇਖਦੇ ਹਾਂ। ਪਾਣੀ ਨਹੀਂ ਬਾਈ ਪੀਣਾ, ਨਾ 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 ਨਾ, 20 ਰੁਪਏ ਕਾਹਨੂੰ ਖਰਾਬ ਕਰਦਾ। ਕਿਉਂ ਸ਼ਿਵ ਕਿਵੇਂ ਆ ਚਾਹ? ਠੀਕ ਹੀ ਹੈ, ਠੀਕ ਹੀ ਹੈ। ਇਹਨਾਂ ਦੇ ਵੀ ਖਾਣਾ ਪੀਣਾ ਹੀ ਵਧੀਆ ਹੈ, ਰੋਟੀ ਹਾਂ ਮੇਨ ਹੈ, ਤਾਂ ਮੇਨ ਇਹ ਮਸ਼ਹੂਰ ਆ ਵੀ ਬਾਈ ਲੱਸੀ ਫ੍ਰੀ ਦਿੰਦੇ ਆ, ਉਹ ਕੰਮ ਬੜਾ ਵਧੀਆ ਹੈਗਾ। ਇੱਧਰ ਅੰਦਰ ਆ ਡਾਈਨ ਇਹਨਾਂ ਆਉਂਦੀ ਆ ਫੋਟੋ ਵਧੀਆ, ਸ਼ੀਸ਼ਾ ਖਰਾਬ ਆ ਬਾਈ। ਆ ਖੜੀ ਆ ਬਈ ਆਪਣੀ ਗੱਡੀ ਸਵਿਫਟ, ਚੱਲੀਏ ਸ਼ਿਵ। ਹੁਣ ਕਿੱਥੇ ਜਾਣਾ ਗਾ? ਮੇਨ ਜਗ੍ਹਾ, ਮੇਨ ਜਗ੍ਹਾ
ਚਲੋ ਵੀ ਮੇਨ ਜਗ੍ਹਾ ਚੱਲਦਾ ਠੀਕ ਆ ਚੱਲ ਗਏ ਚਲੋ ਲੈਟਸ ਗੋ ਲੋ ਬਾਈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੀ ਆਪਾਂ ਗੱਲ ਕੀਤੀ ਸੀ ਬਰਨਾਲੇ ਦੀ ਮੇਨ ਜਗ੍ਹਾ ਤੇ ਮਸ਼ਹੂਰ ਜਗ੍ਹਾ ਅੱਜ ਦੇ ਟਾਈਮ ਦੀ ਇਟਾਉਣ ਪਲਾਜ਼ਾ ਇਹ ਬਾਈ ਬਠਿੰਡਾ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਬਰਨਾਲੇ ਦੇ ਕੋਲੇ ਨੈਸ਼ਨਲ ਹਾਈਵੇ ਦੇ ਉੱਤੇ ਬਣਿਆ ਵਾ ਸ਼ੋਰੂਮ ਆ ਕੀ ਹੋਰ ਡੀੜੇ ਕੱਪੜੇ ਸਸਤੇ ਹੁੰਦੇ ਆ ਆਫ ਲੱਗਿਆ ਸਾਰੇ ਬ੍ਰਾਂਡ ਹੈਗੇ ਆ ਉੱਥੋਂ ਨੂੰ ਸਾਰਾ ਦਿਖਾਵਾਂਗੇ ਵੀ ਕਿਹੜੇ ਕਿਹੜੇ ਬ੍ਰਾਂਡ ਨੇ ਪਹਿਲਾਂ ਇੱਕ ਵਾਰੀ ਤੁਸੀਂ ਮਾੜਾ ਜਿਹਾ ਘੁੰਮੋ ਗੱਡੀ ਦੇ ਦੇਖ ਲਓ ਕੀ ਮੂਹਰੇ ਪੈਰਾਓ ਦੀਆਂ ਫੋਟੋਆਂ ਲੱਗੀਆਂ ਸੀ ਨਾ ਜਿਹੜੇ ਰਾਜੇ ਜੇ ਹੁੰਦੇ ਸੀ ਇਜਿਪਟ ਦੇ ਉਹਨਾਂ ਨੂੰ ਪਰਾਓ ਬੋਲਦੇ ਸੀਗੇ ਨਾ ਸਲਾਹੀ ਨੂੰ ਫਿਰ ਮਿਲਿਆ ਹੀ ਹੈ ਜਮਾ ਬਾਈ ਸੱਤ ਮੁਹੰਮਦ ਸਲਾਹ ਵੀ ਇਜਿਪਟ ਦਾ ਹੀ ਹੈ ਆਪਣੀ ਗੱਡੀ ਤੇ ਲੱਗਿਆ ਹੋਇਆ ਬਾਈ ਪਿੱਛੇ ਇੱਧਰ ਫੋਟੋਗ੍ਰਾਫੀ ਮੁਹੰਮਦ ਸਲਾਹੇ ਬਾਰੇ ਇੱਧਰ ਹਾਈ ਲੈਵਲ ਵਰਲਡ ਕਲਾਸ ਫੋਟੋਗ੍ਰਾਫੀ ਚੱਲ ਰਹੀ ਆ ਆਈ ਲਵ ਇਟਾਉਣ ਪਲਾਜ਼ਾ ਦੇ ਮੂਹਰੇ ਤੇ ਗੁੱਡ ਗੱਲਬਾਤ ਆ ਵੀ ਇੱਧਰਲੀ ਸਿੱਧੀ ਲਾਈਨ ਦੇ ਵਿੱਚ ਆ ਕੇ ਸਾਰੇ ਫੂਡ ਵਾਲੇ ਜਿਹੜੇ ਮਸ਼ਹੂਰ ਮਸ਼ਹੂਰ ਆ ਜਿਵੇਂ ਨਿੱਕ ਨੁੱਕ ਬੇਕਰ ਦਾ ਚੰਡੀਗੜ੍ਹ ਜਾਂਦੇ ਹੁੰਦੇ ਉਦੋਂ ਸੁਣਦੇ ਹੁੰਦੇ ਸੀ ਹਲਦੀ ਰਾਮ ਤਾਂ ਬਈ ਇੱਥੇ ਪਹਿਲੀ ਵਾਰ ਸੁਣਿਆ ਸੀਗਾ ਆਇਆ ਪਹਿਲੀ ਵਾਰ ਗਏ ਸੀਗੇ ਤੇ ਹੋਰ ਜਿਹੜੇ ਵੀ ਇੰਟਰਨੈਸ਼ਨਲ ਬ੍ਰਾਂਡ ਨੇ ਖਾਣ ਵਾਲੇ ਜਿਵੇਂ ਹੋ ਗਿਆ ਕੌਫੀ ਬੀਨਸ ਹੋ ਗਿਆ ਇਹ ਚ ਤਾਂ ਮਤਲਬ ਗਏ ਗੋਏ ਤਾਂ ਹੈ ਨੀ ਜਾ ਕੇ ਦੇਖਾਂਗੇ ਕੀ ਗੱਲ ਬਾਤ ਆ ਮੇਨ ਗੱਲ ਇੱਥੇ ਜਮਾ ਬਈ ਆਊਟਲੈਟ ਤੇ ਜਮਾ ਵਿਚਾਲੇ ਪੈਟਰੋਲ ਪੰਪ ਹੈ ਸਹੀ ਗੱਲ ਹੈ ਦੂਜੇ ਪਾਸੇ ਤਾਂ ਵੈਸੇ ਸੂਨ ਬਾਈ ਇੱਥੇ ਸਟਾਰਬਕ ਦੀ ਓਪਨਿੰਗ ਆ ਸੂਨ ਹੋਣੀ ਆ ਹਜੇ ਹਾਈ ਲੈਵਲ ਗੱਲਬਾਤ ਆ ਸਾਰੇ ਕੁਛ ਹੀ ਸਟਾਰਬਕਸ ਤੇ ਸਾਰੀਆਂ ਦੇ ਵਿੱਚ ਇਹ ਚੀਜ਼ਾਂ ਜਿੰਨੇ ਵੀ ਫੂਡ ਕੋਰਟ ਬਣੇ ਹੋਏ ਆ ਸਾਰਿਆਂ ਦੇ ਵਿੱਚ ਇਹ ਆ ਵੀ ਡਰਾਈਵ ਥਰੂ ਆ ਤੁਸੀਂ ਆਪਦੀ ਗੱਡੀ ਤੇ ਆਉਂਦੇ ਜਾਂਦੇ ਲੈ ਸਕਦੇ ਹੋ ਕਿਉਂਕਿ ਨੈਸ਼ਨਲ ਹਾਈਵੇ ਤੇ ਆ ਤਾਂ ਡਰਾਈਵ ਥਰੂ ਤਾਂ ਫਿਰ ਬਣਦਾ ਹੀ ਆ ਸੁਣੋ ਬਈ ਓਵਰਆਲ ਗੱਲਬਾਤ ਦਿਖਾਈ ਦਿੱਤੀ ਇਟਾਉਣ ਪਲਾਜ਼ੇ ਦੀ ਹੁਣ ਤੁਹਾਨੂੰ ਦਿਖਾਉਣੇ ਇਕੱਲੀ ਇਕੱਲੀ ਚੀਜ਼ ਤੇ ਇਕੱਲੀ ਇਕੱਲੀ ਗੱਲ ਦੱਸਾਂਗੇ ਵੀ ਕੀ ਗੱਲਬਾਤ ਆ ਇੱਥੇ ਕਿਹੜੇ ਕਿਹੜੇ ਸ਼ੋਰੂਮ ਆ ਤੇ ਕਿਹੜੇ ਕਿਹੜੇ ਫੂਡ ਕੋਰਟ ਦੇ ਵਿੱਚ ਖਾਣ ਪੀਣ ਵਾਲੀਆਂ ਗੱਲਾਂ ਬਾਤਾਂ ਨੇ ਹਾਂ ਨਾਲੇ ਉਂ ਬਾਕੀ ਰੰਗਾ ਰੰਗ ਮਨੋਰੰਜਨ ਵੀ ਦਿਖਾਵਾਂਗੇ ਜ਼ਰੂਰ ਬਈ ਤੇ ਗੱਡੀ ਤੇ ਜਿੰਨਾ ਘੁੰਮ ਸਕਦੇ ਸੀ ਉਨਾ ਕੁ ਘੁਮਾਤਾ ਹੁਣ ਅਸੀਂ ਤੁਰ ਕੇ ਦੇਖਦੇ ਹਾਂ ਬਾਕੀ ਤੁਹਾਨੂੰ ਦੱਸਿਆ ਵੀ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਅੱਜ ਅਸਲ ਦੇ ਵਿੱਚ ਅੱਜ ਮੌਸਮ ਦਾ ਤੁਰ ਕੇ ਦੇਖਣ ਵਾਲਾ ਹੀ ਹੈ ਕੋਇਨਸੀਡੈਂਸਲੀ ਹੋ ਗਿਆ ਇਹ ਕੰਮ ਮੌਸਮ ਵਾਲਾ ਸੋ ਹੁਣ ਅਸੀਂ ਦੇਖਦੇ ਹਾਂ ਸਾਰਾ ਕੁਝ ਗਗਨ ਬਾਈ ਦਾ ਸਾਡਾ ਗਗਨ ਬਾਈ ਤਾਂ ਉਧਰ ਦੇਗੇ ਮੰਨ ਜਾਂਦਾ ਕਿਸੇ ਦੇ ਭੋਗ ਤੇ ਕਿਸੇ ਦਾ ਭੋਗ ਆ ਬਾਈ ਉਧਰ ਗਗਨ ਬਾਈ ਉਧਰ ਦੇਗਿਆ ਦੇ ਹਾਂ ਕੱਲਾ ਖਾਣਾ ਦੇਖਦਾ ਉਹਨੂੰ ਕੱਲਾ ਠੀਕ ਆ ਬਾਈ ਦਿਖਾਉਣੇ ਆ ਬਾਈ ਤੁਹਾਨੂੰ ਹੁਣ ਤੁਰ ਕੇ ਗੱਲਬਾਤ ਆ ਬਾਈ ਹੈਗੀ ਆ ਪਹਿਲੀ ਰੋਡ ਜਿਹਦੇ ਵਿੱਚ ਅਮੈਰੀਕਨ ਈਗਲ ਆ ਪੈਪੇ ਜੀਨਸ ਜਿਹੜੇ ਜਵਾਕਾਂ ਵੇਲੇ ਤੋਂ ਆਪਾਂ ਨੂੰ ਪਤਾ ਬ੍ਰਾਂਡ ਜਿਵੇਂ ਪੈਪੇ ਜੀਨਸ ਹੋ ਗਿਆ ਮੋਂਟੀ ਕਾਰਲੋ
ਵੀ ਅਕਟੇਵ ਵੀ ਮਾੜੇ ਜਿਹੇ ਗਰੀਬਾਂ ਵਾਲੇ ਬ੍ਰਾਂਡ ਆਪਣੇ ਅਰਗਾਂ ਦੇ ਇਹ ਹੈਗੇ ਆ ਇਹਦੇ ਵਿੱਚ ਪਹਿਲੀ ਰੈਂਡ ਦੇ ਵਿੱਚ ਹੀ ਤੁਹਾਨੂੰ ਇਹ ਮਿਲਦੇ ਆ ਸ਼ੁਰੂ ਤੋਂ ਇਹੀ ਚੱਲਦੇ ਆ ਰਹੇ ਨੇ ਆਪਣੇ ਆਪਣੇ ਤਾਂ ਇਹੀ ਵਧੇ ਆ ਆ ਹੀ ਫਿੱਟ ਪੈਂਦੇ ਆ ਤੇ ਆਹ ਫੂਡ ਕੋਰਟ ਦਾ ਗਿਆ ਪਿਛਲਾ ਹਿੱਸਾ ਜਾ ਤੇ ਐ ਤੁਸੀਂ ਗੱਡੀਆਂ ਆਪਦੀਆਂ ਪਾਰਕ ਕਰ ਸਕਦੇ ਟਿਊਮਾ ਦਾ ਬਈ ਹੱਥ ਖੜੇ ਕਰਾਉਂਦਾ ਜਮਾ ਬਈ ਜਮਾ ਕੇਬੀ ਬਾਈ ਕਹਿੰਦਾ ਟੀ ਸ਼ਰਟਾਂ ਲੈਣੀਆਂ ਤਿੰਨ ਪਹਿਲਾਂ ਲੈ ਗਿਆ ਤੂੰ ਹਜੇ ਹਜੇ ਸਰਦਾ ਨੀ ਦੇਖ ਲੈਂਦੇ ਕਰਦੀ ਕੋਈ ਜੇ ਕੋਈ ਵਧੀਆ ਲੱਗੀ ਜੇ ਕੋਈ ਬਜਟ ਦੇ ਵਿੱਚ ਹੋਈ ਜਿੱਦਾਂ ਭਰਾਵਾ ਹੱਥ ਖੜੇ ਕਰਾਉਂਦੀ ਹੋਈ ਫਿਰ ਤਾਂ ਹੀ ਦੇਖ ਲੈਂਦੇ ਜੇ ਕੋਈ ਹੋਈ ਹਿਸਾਬ ਦੇ ਵਿੱਚ ਕੋਈ 150 200 ਦੀ ਹੋਈ ਤਾਂ ਲੈ ਲੈ 150 200 ਦੀ ਅਸਲ ਜਦ ਤਾਂ 50 ਰੁਪਏ ਦੀ ਬਈ ਇੱਥੇ ਮਿਲ ਜਾਂਦੀ ਆ ਬਈ 50 ਰੁਪਏ ਦੀ ਟੀ-ਸ਼ਰਟ ਤੇ ਦੇਖਦੇ ਆ ਕੋਈ ਟੀ-ਸ਼ਰਟ ਪਸੰਦ ਆ ਗਈ ਤਾਂ ਲੈਨੇ ਆ ਬਈ ਤੇ ਦਿਖਾਉਣਾ ਤੁਹਾਨੂੰ ਗੱਲਬਾਤ ਆ ਮਾਹੌਲ ਆ ਸਰ ਨੂੰ ਬਈ ਇਸ ਆਊਟਲੈਟ ਦੀ ਵਧੀਆ ਗੱਲ ਪਤਾ ਕੀ ਆ ਇੱਥੇ ਸਪੀਕਰ ਲੱਗੇ ਹੋਏ ਨੇ ਚਾਰੇ ਪਾਸੇ ਇੱਥੇ 24 ਘੰਟੇ ਜਿੰਨਾ ਟਾਈਮ ਆਊਟਲੈਟ ਖੁੱਲ੍ਹਾ ਰਹਿੰਦਾ ਜਾਣੀ ਕਿ ਆਪਾਂ ਕਹਿ ਸਕਦੇ ਹਾਂ ਉਨਾ ਟਾਈਮ ਇੱਥੇ ਗੁਰਬਾਣੀ ਦੇ ਸ਼ਬਦ ਚੱਲਦੇ ਨੇ ਮਾੜਾ ਨੇੜੇ ਹੋ ਗਏ ਸਰ ਨੂੰ ਵਧੀਆ ਗੱਲ ਆ ਵਧੀਆ ਗੱਲ ਨਾਲੇ ਸ਼ਾਂਤੀ ਵਾਲੇ ਮਾਹੌਲ ਲੱਗਦਾ ਨਾਲੇ ਮਾੜਾ ਮੋਟਾ ਰੱਬ ਦਾ ਨਾਂ ਲਿੱਤਾ ਬਿਲਕੁਲ ਜਿੱਧਰ ਨੂੰ ਨਿਗਾਹ ਮਾਰਦੇ ਆ ਜ਼ਿਆਦਾ ਬ੍ਰਾਂਡ ਮੁੰਡਿਆਂ ਵਾਲੇ ਆ ਵਿਚਾਰੀਆਂ ਕੁੜੀਆਂ ਵਾਸਤੇ ਵੀ ਹੈਗਾ ਜਿਹੜਾ ਇਹਨਾਂ ਦਾ ਹੁੰਦਾ ਬ੍ਰਾਂਡ ਮੜਾਮ ਮੜਾਮ ਕਰਕੇ ਹੈਗਾ ਕੁੜੀਆਂ ਵੀ ਆ ਸਕਦੀਆਂ ਬਈ ਹੈਗਾ ਇੱਕ ਅੱਧਾ ਸ਼ੋਰੂਮ ਜਾ ਇੱਥੇ ਇੱਕ ਗੱਲ ਬਈ ਆ ਵੀ ਵਧੀਆ ਇੱਥੋਂ ਦੀ ਪੰਜਾਬੀ ਬੋਲੀ ਨੂੰ ਮਹੱਤਤਾ ਦਿੱਤੀ ਜਾਂਦੀ ਆ ਅੱਧੇ ਸ਼ੋਰੂਮਾਂ ਦੇ ਨਾਮ ਇੱਥੇ ਪੰਜਾਬੀ 'ਚ ਵੀ ਲਿਖੇ ਹੋਏ ਆ ਆਪਣੇ ਹਜੇ ਇੱਧਰ ਅੱਧੇ ਸ਼ੋਰੂਮ ਅੰਡਰ ਵਰਕਿੰਗ ਆ ਤੇ ਇੱਧਰ ਇਹਨਾਂ ਦਾ ਬਾਈ ਕੰਮ ਕਰੀ ਜਾਂਦੇ ਪੂਰਾ ਵੱਡਾ ਬਾਈ ਪ੍ਰੋਜੈਕਟ ਇਹ ਗੱਲ ਬਾਤ ਨੀ ਬਣਦੀ ਆ ਹਜੇ ਇੱਥੇ ਸ਼ੋਰੂਮ ਖੁੱਲਣੇ ਕੈਂਪਸ ਕਿਉਂ ਕੀ ਕਹਿੰਦਾ ਮਾਹੌਲ ਪੂਰਾ ਵਧੀਆ ਬਾਈ ਮਾਹੌਲ ਓਕੇ ਆ ਜਾਵਾ ਓਕੇ ਆ ਜਾ ਬਾਕੀ ਲਾਈਟਿੰਗ ਲੂਟਿੰਗ ਚੱਲ ਪਈ ਹੋਰ ਵੀ ਘੈਂਟ ਬਣਦਾ ਜਾਂਦਾ ਤਰੀਕਾ ਨਾ ਬਣਾਉਣ ਦਾ ਬੜਾ ਵਧੀਆ ਬਣਾ ਕੇ ਪੀ ਬਾਈ ਨੇ ਸ਼ਬਦ ਵਾਪਸ ਲੈ ਲਿਆ ਜਿਹੜੇ ਕੁੜੀਆਂ ਦੇ ਸ਼ੋਰੂਮ ਵਾਲੇ ਸੀ ਕੇ ਪੀ ਬਾਈ ਇੱਥੇ ਉਹ ਵੀ ਜਾਂਦਾ ਉਹ ਕਿਹੜੀ ਕੰਪਨੀ ਆਖਰਕਾਰ ਨੂੰ ਤਾਂ ਡਿਊਕ ਤੇ ਕੋ ਵੀ ਹੌਸਲਾ ਦਿੰਦੇ ਆਪਾਂ ਨੂੰ ਬਾਈ ਦੋ ਨਾਲ 6 ਫਰੀ ਹੈ ਦੋ ਨਾਲ 6 ਫਰੀ ਤੇ ਇੱਧਰ ਡਿਊਕ ਦੇ ਇੱਕ ਨਾਲ 1 ਫਰੀ ਹਾਂ ਇੱਥੇ ਬਾਈ ਐਸਿਕਸ ਤੇ ਨਾਈਕੀ ਨਾਈਕੀ ਦਾ ਬਾਈ ਹੱਥ ਖੜੇ ਕਰਾਉਂਦਾ ਟੌਮੀ ਹਿਲਫਿਗਰ ਹੋ ਗਿਆ ਕੈਲਵਿਨ ਕਲੀਨ ਹੋ ਗਿਆ ਐਫਸੀ ਯੂਕੇ ਹੋ ਗਿਆ ਜਾਂ ਫਿਰ ਆਪਣੇ ਕੋਲ ਯੂਐਸ ਪੋਲੋ ਹੋ ਗਿਆ ਇਹ ਨੇ ਸਾਰਾ ਕੁਝ ਇਹ ਬਈ ਹੈਗਾ ਨੌਕ ਆਊਟ ਮੇਨ ਮੇਨ ਬ੍ਰਾਂਡਸ ਅਵੇਲੇਬਲ ਨੇ ਨਾਕਆਊਟ ਦੀ ਅਪਾਰ ਅਸਫਲਤਾ ਤੋਂ ਬਾਅਦ ਨਾਓ ਵੀ ਵਿਲ ਟਰਾਈ ਲਵਾਈਸ ਠੀਕ ਹੈ ਕਈ ਬ੍ਰਾਂਡ ਜੇ ਟਰਾਈ ਕੀਤੇ ਆ ਪਰ ਅਸਫਲਤਾ ਹੀ ਰਹੀ ਕਾਹਦੇ ਕਰਕੇ ਰਹੀ ਏਅਰ ਟਿਊਨ ਜੇ ਨਹੀਂ ਵਧੀਆ ਬਈ ਹਜੇ ਇੱਥੇ ਕੁਛ ਕਹਿ ਜੇ ਵੀ ਉਹ ਬਜਟ ਤੋਂ ਥੋੜਾ ਆ ਆਊਟ ਆਫ ਵੇ ਜਾ ਰਹੇ ਆਊਟ ਆਫ ਵੀ ਜਾ ਰਹੇ ਆ ਠੀਕ ਵੀ ਆ ਹਾਂ ਪਰ ਵਿੱਚ ਥੋੜੇ ਉਹਦੇ ਹੱਥ
ਐਕਟਰਾਂ ਨੇ ਡਿਆ ਹਾਂ ਸਹੀ ਗੱਲ ਹੈ ਜਿਵੇਂ ਥੋੜੇ ਫੈਂਸੀ ਨੇ ਕਲਰ ਵੀ ਹੋ ਜਾਂਦੇ ਸਹੀ ਗੱਲ ਹੈ ਸਹੀ ਗੱਲ ਆ ਵੀ ਇੱਥੇ ਰੇਲ ਗੱਡੀ ਜਾਂ ਵੀ ਜਿਨ੍ਹਾਂ ਦੇ ਜਵਾਕ ਨੇ ਫੈਮਿਲੀ ਵਾਲੇ ਨੇ ਵਧੀਆ ਨਿਆਰੇ ਲੈ ਸਕਦੇ ਜਵਾਕਾਂ ਨੂੰ ਇਹਦੀ ਵੀ ਬਈ ਟਿਕਟ ਹੁੰਦੀ ਹੈ 100 ਰੁਪਏ ਹਾਂ ਸਹੀ ਗੱਲ ਸਾਰੇ ਇੱਥੋਂ ਟਾਊਨ ਪਲਾਜ਼ੇ ਦਾ ਗੇੜਾ ਦਵਾਉਂਦੀਆਂ ਦੋ ਵਾਰ 100 ਰੁਪਏ ਦੀ ਟਿਕਟ ਆ ਨਜ਼ਾਰੇ ਆ ਜਵਾਕ ਰੇਲ ਗੱਡੀ ਨਾ ਵੱਡਿਆਂ ਨੂੰ ਨਹੀਂ ਲੇਡੀਜ਼ ਬਾਈ ਬਾਕੀ ਇੱਥੇ ਸ਼ੋਰੂਮਾਂ ਦੀ ਗੱਲ ਕੀਤੀ ਜਾਵੇ ਮੇਨ ਮੇਨ ਸ਼ੋਰੂਮ ਸਾਰੇ ਹੀ ਨੇ ਐਡੀਡਾਸ ਪਿਊਮਾ ਨਾਈਕੀ ਚਲੋ ਵੀ ਮਤਲਬ ਹਿਊਮਰ ਤੇ ਮਜ਼ਾਕ ਤੇ ਇੱਕ ਪਾਸੇ ਰਿਹਾ ਮਤਲਬ ਜੇ ਤੁਸੀਂ ਕੁਛ ਖਰੀਦਣਾ ਚਾਹੁੰਦੇ ਹੋ ਤਾਂ ਸਾਰੇ ਜਿੰਨੇ ਵੀ ਮੇਨ ਸ਼ੋਰੂਮ ਹੁੰਦੇ ਆ ਜਿਹੜੇ ਆਪਾਂ ਆਮ ਤੌਰ 'ਤੇ ਅਫੋਰਡ ਕਰ ਸਕਦੇ ਹਾਂ ਨਾਈਕੀ ਪਿਊਮਾ ਐਡੀਡਾਸ ਲਿਵਾਈਸ ਟੋਮੀ ਮਤਲਬ ਟੋਮੀ US Polo ਸਾਰੇ ਅਵੇਲੇਬਲ ਹੈਗੇ ਆ ਤੇ ਵਧੀਆ ਸਾਰਿਆਂ ਦੇ ਆਰਟੀਕਲ ਆ ਤੇ ਜਿਹੜੇ ਖਾਸ ਕਰਕੇ ਜਿਵੇਂ ਆਪਣੇ ਵੀਜ਼ਾ ਵੂਜ਼ਾ ਆਉਂਦਾ ਮੁੰਡੇ ਕਨੇਡਾ ਕਨੂਡਾ ਜਾਂਦੇ ਨੇ ਉਹਨਾਂ ਵਾਸਤੇ ਜ਼ਿਆਦਾ ਬੈਟਰ ਆ ਵੀ ਇੱਕ ਥਾਂ 'ਤੇ ਸ਼ੋਪਿੰਗ ਹੋ ਜਾਂਦੀ ਆ ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਸ਼ੋਪਿੰਗ ਅੰਡਰ ਵਨ ਰੂਫ ਇਹ ਸ਼ੋਪਿੰਗ ਇਨ ਵਨ ਏਰੀਆ ਮਤਲਬ ਸਾਰੇ ਬ੍ਰਾਂਡਸ ਹੈਗੇ ਆ ਬਾਕੀ ਆਮ ਵੀ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਪੰਜਾਬ ਵਾਲੇ ਖੈਰ ਵੱਧ ਪਾਉਂਦੇ ਆ ਪੰਜਾਬ ਵਾਲੇ ਵੀਰੇ NRI ਆ ਸਾਰਿਆਂ ਦੇ ਭਰਾ ਵੀਰੇ ਪਾਉਣੇ ਭਰਾਵਾਂ ਨੂੰ ਤਾਂ ਆਪਾਂ ਭੇਜਦੇ ਇੱਧਰੋਂ ਲੈ ਕੇ ਸਮਾਨ ਯਾਰ ਭਰਾਵੇ ਫਿਰ ਥੋੜ੍ਹੇ ਜਿਹੇ ਹਜੇ ਦਿਹਾੜੀਆਂ ਦਿਹੁੜੀਆਂ ਪਹਾੜੀਆਂ ਚੱਲ ਰਹੀਆਂ ਸਮਾਨ ਤਾਂ ਉਹਨਾਂ ਦਾ ਪੂਰਾ ਇੱਧਰੋਂ ਪੂਰਾ ਕਰਦੇ ਆ ਸਮਾਨ ਤਾਂ ਫਿਰ ਕਰਨਾ ਹੀ ਇੱਧਰ ਜਮਾ ਜਿੰਨਾ ਟਾਈਮ ਬਈ ਪੱਕੇ ਨਹੀਂ ਹੁੰਦੇ ਇੱਧਰੋਂ ਪੂਰਾ ਕਰਨਾ ਸਹੀ ਗੱਲ ਆ ਸਹੀ ਗੱਲ ਤੇ ਬਾਕੀ ਮੇਨ ਗੱਲ ਆ ਵੀ ਆ ਰਿਹਾ ਅੰਡਰ ਆਰਮਰ ਹਜੇ ਕਮਿੰਗ ਸੂਨ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦੇ ਆ ਥੋੜੇ ਟਾਈਮ ਤੱਕ ਦੱਸਦੇ ਆ ਵੇਟ ਕਰ ਤੇ ਮੇਨ ਗੱਲ ਇੱਕ ਇਹ ਵੀ ਸੀਗੀ ਜਿੰਨੇ ਬਰਨਾਲੇ 'ਚ ਐਲਸ ਤੋਂ ਬੰਕ ਮਾਰ ਕੇ ਕਲਾਸਾਂ ਤੋਂ ਬੰਕ ਮਾਰ ਕੇ ਆਉਂਦੇ ਨੇ ਘੁੰਮਣ ਤਾਂ ਇੱਥੇ ਹੀ ਆਉਂਦੇ ਨੇ ਆ ਜਿੰਨੇ ਵੀ ਆਈਲਟਸ ਕਰਦੇ ਆ ਸਾਰੇ ਕਲਾਸ ਲਾਉਂਦੇ ਲਾਉਂਦੇ ਵੀ ਜਮਾ ਇੱਥੇ ਆਉਂਦੇ ਆ ਵੀ ਜਮਾ ਇੱਥੇ ਆਉਂਦੇ ਆ ਨੇ ਕਹਿੰਦਾ ਵੀ 6 ਆ ਗਏ ਸਾਰਿਆਂ 'ਚ ਆਥਨ ਦਾ ਮਾਹੌਲ ਆ ਗੱਲਬਾਤ ਸ਼ੋਰੂਮ ਘੁਮਾਉਣ ਤੋਂ ਬਾਅਦ ਵੀ ਤੁਹਾਨੂੰ ਕੱਪੜੇ ਸੌਣ ਦਿਖਾਉਣੇ ਤੁਹਾਨੂੰ ਫੂਡ ਵਾਲੀ ਗੱਲਬਾਤ ਕਿਉਂਕਿ ਵੀ ਸਹੀ ਗੱਲ ਆ ਹੁਣ ਤੁਹਾਨੂੰ ਦਿਖਾਉਣੇ ਫੂਡ ਵਾਲੀ ਗੱਲਬਾਤ ਚੱਲਦੇ ਆਪਾਂ ਉੱਧਰ ਜਿਉਂ ਜਿਉਂ ਆਥਣ ਹੁੰਦਾ ਜਾਂਦਾ ਤਿਉਂ ਤੋਂ ਮਾਹੌਲ ਹੋਰ ਵਧੀਆ ਬਣਦਾ ਜਾਊਗਾ ਅਤੇ ਤਿਉਂ ਤੋਂ ਘਰੇ ਜਾਣ ਨੂੰ ਜੀ ਨਹੀਂ ਕਰਨਾ ਜਮਾ ਕਿਉਂ ਨਹੀਂ ਕਰਨਾ ਲਾਈਟਿੰਗ ਹੋ ਗਈ ਲਾਈਟਨਿੰਗ ਹੋ ਗਈ ਹੁਣ ਆਹ ਗੱਲਬਾਤ ਬਣ ਗਈ ਇੱਥੋਂ ਦੀ ਤੇ ਹੁਣ ਤਾਂ ਕਰਾਊਡ ਤੇ ਕਰਾਊਡ ਹੁੰਦਾ ਜਾਂਦਾ ਭਰਾਵਾ ਕਰਾਊਡ ਤਾਂ ਹੁੰਦਾ ਜਾਂਦਾ ਇੱਧਰ ਦੇਖ ਲਾ ਆ ਕੁੜੀਆਂ ਵਾਸਤੇ ਵੀ ਹੈਗਾ ਕੁੜੀਆਂ ਦਿਲ ਨਾਲ ਸਿੱਟਣ ਹੈਗਾ ਜਮਾ ਫੋਕਸ ਹੁਣ ਤਾਂ ਬਈ ਗੱਲਾਂ ਕਹਿ ਕੇ ਮਨ ਸਮਝਾਉਣ ਵਾਲੀਆਂ ਗੱਲਾਂ ਨੇ ਬਸ ਹੌਸਲਾ ਦੇਣ ਵਾਲੀਆਂ ਗੱਲਾਂ ਨੇ ਪਰ ਹੈ ਨਹੀਂ ਬਲੂ ਪੈਰਟ ਥੱਲੇ ਪਰ ਸੱਚ ਤਾਂ ਇਹੀ ਆ ਬਈ ਕੋਈ ਬਾਹਰੇ ਹੈ ਨਹੀਂ ਨਹੀਂ ਸਾਰਾ ਕੁਝ ਆ ਬਈ ਹੈ ਕਿਉਂ ਸਭ ਕੁਝ ਆ ਗਿਆ ਹੈਗੇ ਆ ਬਈ ਹਾਂ ਨਾ ਮਿਆਕ ਆ ਤੇ ਆ ਵੀ ਬਣੇ ਵੇ ਅੰਦਰ ਛੋਟੇ ਫੂਡ ਕੋਰਟ ਦਾ ਡੈਜ਼ਰਟ ਕਲੱਬ ਲੋ ਬਈ ਹੁਣ ਆਪਾਂ ਚੱਲੇ ਫੂਡ ਕੋਰਟ ਦੇ ਅੰਦਰ ਤੇ ਦੱਸਦੇ ਆ ਤੁਹਾਨੂੰ ਕਿਹੜੀਆਂ ਕਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਵੀ ਅੰਦਰ ਕਿਹੜੀਆਂ ਕਿਹੜੇ ਬ੍ਰਾਂਡ ਨੇ ਕਿਹੜਾ ਕਿਹੜਾ ਕਿੰਨਾ ਕੁ ਮਹਿੰਗਾ ਹੈਗਾ ਮੇਨ ਗੱਲ ਤਾਂ ਆ ਵੀ ਹੁੰਦੀ ਆ ਤੇ ਨਾਲੇ ਤੁਹਾਨੂੰ ਦਿਖਾਉਣੇ ਅੰਦਰ ਦਾ ਮਾਹੌਲ ਕੀ ਆ ਜਿਹਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ ਐਂਬੀਅੰਸ ਕਿਹੋ ਜਿਹਾ ਐਂਬੀਅੰਸ ਹਾਂ ਕਿੱਡਾ ਵੀ ਖੜਾ ਇੱਧਰ ਦੇਖ ਲਾ ਇਹ ਬਈ ਤੂੰ ਹੀ ਸਿਖਾਈ ਵੇ ਬਾਟ ਉਹ ਤੂੰ ਇੱਧਰ ਤੂੰ ਦੇਖ ਲਾ ਮੇਰੀ ਇੱਧਰ ਦਾ ਵੀਰੇ ਗੱਡਾ ਦਿਖਾਤਾ ਦੇ ਲੈ ਵੀਰੇ ਆ ਗੱਲਬਾਤ ਹੈ ਕਿਉਂ ਗਈ ਵੀ ਨਾਈਸ ਫੀਲਿੰਗ ਬਈ ਬਾਲਾ ਵਧੀਆ ਮਾਹੌਲ ਆ ਉਹ ਅੰਦਰ ਦਾ ਫੂਡ ਕੋਰਟ ਦਿਖਾ ਕੇ ਨਾ ਯਾਰ ਪਹਿਲੇ ਤਾਂ ਬਈ ਜਿੱਤ ਇੱਥੇ ਕਹਿੰਦੀ ਆਪਾਂ ਇੱਥੇ ਬਰਥਡੇ ਦਾ ਬਣਾਇਆ ਸੀ ਹਾਂ ਤੇਰਾ ਬਰਥਡੇ ਇੱਥੇ ਬਣਾਇਆ ਸੀ ਆ ਜੂਸ ਕੈਫੇ ਆ ਤੇ ਇੱਥੇ ਦਾ ਵੀ ਆਏ ਸੀ ਬਈ ਅੱਜ ਰੌਕਸ ਡਿਗਰੀ ਤੇ ਟੱਕਾ ਵੀ ਨਹੀਂ ਬੜਾ ਟੱਕਾ ਵੀ ਹੁੰਦਾ ਉਹ ਵੀ ਥੋੜਾ ਬਿਨਾ ਵਧੀਆ ਲੱਗਿਆ ਹਾਂ ਬਈ ਭਰਾਵਾ ਜਮਾ ਚੱਕ ਪਰ ਡਿਗਰੀ ਵਾਲਿਆਂ ਦਾ ਕੁਝ ਵੀ ਨਹੀਂ ਹੋ ਕਹਿੰਦਾ ਯਾਰ ਛੋਟੇ ਛੋਟੇ ਸਮਾਲ ਬਣੇ ਵਾ ਆਈਸਕ੍ਰੀਮ ਪਾਰਲਰ ਬਣਿਆ ਵਾ ਛੋਟੇ ਕੈਂਡੀ ਸ਼ੌਪ ਬਣੀ ਵੀ ਆ ਤੇ ਇੱਧਰ ਆ ਗਿਆ ਹਲਦੀਰਾਮ ਤੇ ਆ ਗਿਆ ਸਵਾਗਤ ਰੈਸਟੋਰੋ ਬਾਰ ਇੱਥੇ ਆਪਾਂ ਫੈਮਿਲੀ ਨਾਲ ਲੰਚ ਡਿਨਰ ਕਰ ਸਕਦੇ ਹਾਂ ਬਈ ਇਹਨਾਂ ਦਾ ਖਾਣਾ ਪੀਣਾ ਪੂਰਾ ਵਧੀਆ ਹੈਗਾ ਥੋੜ੍ਹਾ ਜਿਹਾ ਨੌਨ ਵੈਜੀਟੇਰੀਅਨ ਆ ਜੇ ਕੋਈ ਬੀਅਰ ਬੂਅਰ ਪੀਂਦਾ ਉਹ ਵੀ ਮਿਲਦੀ ਆ ਆਹ ਗੱਲ ਬਾਤ ਸੀਟਿੰਗ ਏਰੀਆ ਦਿਖਾ ਯਾਰ ਬੰਦਾ ਤੇ ਆਹ ਬਈ ਸੈਂਟਰ ਦਾ ਸੀਟਿੰਗ ਏਰੀਆ ਆਹ ਗੱਲ ਬਾਤ ਤੋਂ ਕਰਾਉਣ ਵਾਲਾ ਪੂਰਾ ਵਧੀਆ ਮਾਹੌਲ ਆ ਸੀਟਿੰਗ ਏਰੀਆ ਵਧੀਆ ਵਧੀਆ ਸੋਫੇ ਲੱਗੇ ਵਾ ਮਹਿੰਗੇ ਮਹਿੰਗੇ ਦਿਖਾ ਮੜਾ ਮੈਨੂੰ ਇੱਧਰ ਗੁੱਡ ਫੀਲਿੰਗ ਹੈ
ਅਜੇ ਦੇਖੇ ਨੀ ਤਾਂ ਬਈ ਪਹਿਲਾਂ ਰਾਜਾ ਰੂਜਾ ਦੇ ਮਹਿਲਾਂ ਚ ਲੱਗੇ ਰਹੇ ਆ ਤੇ ਪਹਿਲੀ ਵਾਰ ਦੇਖਿਆ ਆਪਾਂ ਤਾਂ ਬਈ ਬਈ ਗੱਲਬਾਤ ਤਾਂ ਤੁਸੀਂ ਦੇਖ ਲਈ ਬਾਹਲੀ ਤਕੜੀ ਆ ਇੱਥੇ ਹਾਂ ਵੀਡੀਓ ਵੀਡੀਓ ਘੱਟ ਬਣਾਉਣ ਨੂੰ ਜੀ ਕਰਦਾ ਫੋਨ ਜੇਬ ਚ ਪਾ ਕੇ ਆਸੇ ਪਾਸੇ ਦਾ ਮਾਹੌਲ ਦੇਖ ਲਈਏ ਤੇ ਹੁਣ ਗੱਲ ਇਹ ਬਾਤ ਹੋ ਗਈ ਵੀ ਸ਼ਿਫਤਾ ਕਹਿੰਦਾ ਚੱਲੀਏ ਨੈਕ ਬੇਕਰ ਤੇ ਮੈਂ ਕਹਿੰਦਾ ਵੀ ਬਈ ਮੇਰਾ ਉਹਦਨ ਹੱਥ ਕੰਨਾਂ ਨੂੰ ਲੱਗੇ ਵੀ ਕੇ ਐਫ ਸੀ ਚੱਲੀਏ ਹੁਣ ਦੇਖਦੇ ਹਾਂ ਵੀ ਕੀ ਕਰੀਏ ਕੀ ਨਾ ਕਰੀਏ ਕਿਉਂ ਸ਼ਬਦ ਤੇਰੀ ਕੀ ਰਾਇਆ ਬਈ ਮੈਂ ਤਾਂ ਇਹ ਕਹਿੰਦਾ ਟੌਸ ਕਰ ਲਈ ਟੌਸ ਕਰ ਲਈ ਕਿ ਕਾਫੀ ਕੂਫੀ ਪੀਣੀ ਆ ਪਹਿਲਾਂ ਕਾਫੀ ਦੇ ਰਹਾ ਕਾਫੀ ਪੀ ਲਿਆ ਬਈ ਚੱਲ ਕੋਲਡ ਕਾਫੀ ਪੀ ਲਿਆ ਕੋਲਡ ਕਾਫੀ ਪੀ ਲਿਆ ਹਾਂ ਦਿਖਾਉਣਿਆ ਗੱਲਬਾਤ ਠੀਕ ਆ ਲੈ ਵੀ ਕੋਲਡ ਕਾਫੀਆਂ ਤਾਂ ਆ ਗਈਆਂ ਆਹ ਹੈਗੀ ਆ ਕੋਲਡ ਕਾਫੀ ਪਿੱਦਾ ਕੁਲਫੀ ਆਹ ਹੈਗੀ ਆ ਕੱਲੀ ਕੋਲਡ ਕਾਫੀ ਕਿਉਂ ਸਾਹਿਬ ਖਾ ਕੇ ਦੱਸ ਦੇ ਕੀ ਗੱਲ ਹੋਈ ਹਾਂ ਤੇ ਦੂਜਾ ਆਰਡਰ ਜਾ ਰਹੇਗਾ ਜਿਹੜਾ ਬਾਕੀ ਰਹਿੰਦਾ ਸੀਗਾ ਆ ਕੇਪੀ ਬਾਈ ਨੇ ਸਾਡੇ ਨੇ ਮੰਗਾ ਦਿੱਤਾ ਲਈ ਉਲਝਣ ਦਾਣੀ ਚ ਪੈ ਗਿਆ ਵੀ ਕਰ ਖਾਣੀ ਨਹੀਂ ਪਤਾ ਵੀ ਕੁਲਫੀ ਚੱਕ ਕੇ ਖਾਣੀ ਆ ਕਿ ਐਂ ਖਾਣੀ ਉਹ ਤਾਂ ਬਈ ਆਈਸਕ੍ਰੀਮ ਵੱਧ ਮੰਗਾਈ ਸੀਗੀ ਹੁਣ ਭੰਬਲ ਭੁੱਸੇ ਪੈ ਗਈ ਜ਼ਿੰਦਗੀ ਗਲਤੀ ਹੋ ਗਈ ਗਲਤੀ ਹੋ ਗਈ ਆਪਣਾ ਕੰਮ ਸੌਖਾ ਵੀਰੇ ਮੰਗਾਈ ਤਾਂ ਕਾਫੀ ਸੀਗੀ ਤੇ ਖਾਈ ਕੁਲਫੀਆਂ ਜਾਂਦੀਆਂ ਫੂਡ ਕੋਰਟ ਦੀ ਅਪਾਰ ਸਫਲਤਾ ਤੋਂ ਬਾਅਦ ਬਾਹਰ ਆ ਕੇ ਫਿਰ ਇੱਥੇ ਬਈ ਬਾਹਰ ਵੀ ਬਹੁਤ ਸੋਹਣਾ ਮਾਹੌਲ ਆ ਬੈਠਣ ਵਾਸਤੇ ਜੇ ਕੋਈ ਬੰਦਾ ਆਪਦੀ ਫੈਮਿਲੀ ਨਾਲ ਆਉਂਦਾ ਤਾਂ ਇੱਥੇ ਬੈਠ ਸਕਦਾ ਜਿਉਂ ਜਿਉਂ ਦਿਨ ਢਲ ਰਿਹਾ ਤਿਉਂ ਤਾਂ ਮਾਹੌਲ ਹੋਰ ਵਧੀਆ ਹੋ ਰਿਹਾ ਇੱਧਰ ਜਵਾਕ ਚੱਕੀ ਆਉਂਦੇ ਆ ਕੰਮ ਟਰਪੋਲਿਨ ਉੱਤੇ ਅਤੇ ਆਹ ਵੀ ਵਧੀਆ ਹੈ ਨਾ ਥਾਂ ਜਾ ਭਾਅ ਜੀ ਹੁਣ ਕਹਿੰਦੇ ਸਾਡੇ ਵਰਲਡ ਲੈਵਲ ਦੀ ਫੋਟੋਗ੍ਰਾਫੀ ਕਰਵਾਉਂਦੇ ਆ ਵੀਰੇ ਬਲੌਗ ਦੀ ਆ ਸਾਰਾ ਕੁਛ ਲੈ ਵੀ ਹੁਣ ਰਾਤ ਦਾ ਝਾਕਾ ਦਿਖਾਉਣਿਆ ਪੂਰਾ ਹੁਣ ਇਦੋਂ ਵੀ ਵਧੀਆ ਹੋ ਗਿਆ ਗੱਲ ਘਟਣ ਦੀ ਥਾਂ ਤੇ ਵੱਧ ਗਿਆ ਕੰਮ ਪੂਰਾ ਹੁਣ ਜਾਣ ਨੂੰ ਦੀ ਨਹੀਂ ਕਰਦਾ ਨਾ ਨਾਈਸ ਵਿਊ ਹੋਇਆ ਹੋਇਆ ਪੂਰਾ ਆ ਗਈ ਇੱਥੋਂ ਦੀ ਮਸ਼ਹੂਰ ਪੈਰਾਮਿਡ ਬਾਰ ਬਈ ਗੱਲਬਾਤ ਇੱਥੇ ਪੂਰੀ ਸਿਰੇ ਹੀ ਆ ਕਿਉਂਕਿ ਵੀ ਲਾਈਵ ਮਿਊਜ਼ਿਕ ਆ ਗਏ ਆਹ ਗੱਲਬਾਤ ਆ ਲੱਗਦਾ ਨੀਦਰਲੈਂਡ ਨੀਦਰਲੈਂਡ ਬਈ ਜਮਾਂ ਲੱਗਦਾ ਜਮਾਂ ਬਈ ਘਰ ਦੇ ਫੋਨ ਕਰੀ ਜਾਂਦੇ ਵੀ ਘਰੇ ਆ ਜਮਾਂ ਨਹੀਂ ਜਾਂਦੇ ਹਜੇ ਹਜੇ ਸਾਡਾ ਮਨ ਅਸੀਂ ਘੰਟੇ ਦੋ ਘੰਟੇ ਰਹੀਏ ਹਜੇ ਘੰਟਾ ਦੋ ਘੰਟੇ ਰਹੀਏ ਹਜੇ ਅਸੀਂ ਪੌਣਾ ਘੰਟਾ ਡੇਢ ਘੰਟਾ ਮਸਾਂ ਨਘਾਇਆ ਰਾਤ ਕੀਤੀ ਆ ਵਲੌਗ ਬਣਾਉਣ ਨੂੰ ਜਿੰਨੀ ਰਾਹ ਕਦੋਂ ਹੋ ਟਾਈਮਿੰਗ ਬਈ ਵੈਸੇ ਆਊਟਲੈਟ ਖੁੱਲ੍ਹਣਗੇ ਇੱਥੇ 10 ਵਜੇ ਆ 10 ਵਜੇ ਤਕਰੀਬਨ ਸਾਰੇ ਸ਼ੋਰੂਮ ਖੁੱਲ੍ਹਦੇ ਨੇ ਅਤੇ ਰਾਤ ਨੂੰ 11:30 ਵਜੇ ਤੱਕ ਸ਼ੋਰੂਮ ਤਾਂ 11 ਵਜੇ ਤੱਕ ਬੰਦ ਹੋਏ ਨੇ ਬਾਰ ਬੂਰ 12 ਵਜੇ ਤੱਕ ਅਤੇ ਹੈਗਾ ਮਾਹੌਲ 8 ਨੇ ਜੇ ਵਧੀਆ 6 ਤੋਂ ਬਾਅਦ ਐਡੀਡਾਸ ਰਹਿ ਗਿਆ ਸੀ ਪਹਿਲਾਂ ਇਹ ਸਾਡਾ ਫੇਵਰੇਟ ਆ ਬਈ ਬ੍ਰੈਂਡ ਆ ਚੱਲ ਇੱਧਰ ਨੂੰ ਚੱਲਦੇ ਬਸ ਫਿਰ ਚੱਲਾਂਗੇ ਘਰਾਂ ਨੂੰ ਵਾਪਸ ਚਾਲੇ ਪਾਵਾਂਗੇ ਇਹ ਹੈਗਾ ਬਈ ਨਾਈਟ ਦਾ ਝਾਕਾ ਨਾਈਟ ਵਿਊ ਹੈ ਨਾਈਟ ਵਿਊ ਆ ਜਮਾਂ ਤੇ ਨਜ਼ਾਰਾ ਹੀ ਮੈਨੂੰ ਲੱਗਦਾ ਨਾਈਟ ਨੂੰ ਨਿਆਰੀ ਰਾਤ ਨੂੰ ਕੋਈ ਜਮਾ ਦੁਪਹਿਰੇ ਤੇ ਪੂਰੇ ਦਾ ਕੋਈ ਫਾਇਦਾ ਨਹੀਂ ਤੇ ਬਾਕੀ ਫੇਰ ਦੁਬਾਰੇ ਦੱਸ ਦਈਏ ਕਿ ਮੌਸਮ ਨੇ ਤਾਂ ਫਿਰ ਸਿਰਾ ਕਰਾਤਾ ਸੀ ਅੱਜ ਜਮਾਂ ਕਿਆ ਬਹੁਤ ਹੀ ਨਾਈਸ ਸ਼ਾਨਦਾਰ ਗੱਲਬਾਤ ਗੱਲਬਾਤ ਐਵਰੀਵਨ ਅਸੀਂ ਪਹਿਲਾਂ ਮੈਂ ਮਸਲਾ ਇਹਦੀ ਗੱਲ ਕੀਤੀ ਸੀ ਲਿਵਰਪੂਲ ਦਾ ਪਲੇਅਰ ਟੌਪ ਦਾ ਪਲੇਅਰ ਪ੍ਰੀਮੀਅਰ ਲੀਗ ਦਾ ਫਾਈਨਲ ਵੀ ਆ ਅੱਜ ਫਾਈਨਲ ਅੱਜ ਫਾਈਨਲ ਵੀ ਯੂਸੀਐਲ ਦਾ ਫਾਈਨਲ ਵੀ ਦੇਖਣਾ ਰਾਤ ਨੂੰ 12:30 ਵਜੇ ਚੱਲ ਆਪਾਂ ਇਹ ਸੀਗਾ ਬਈ ਬਰਨਾਲੇ ਦਾ ਇਟਾਉਣ ਪਲਾਜ਼ਾ ਹੋਪ ਸਾਰਿਆਂ ਨੇ ਇੰਜੋਏ ਕੀਤਾ ਹੋਣਾ
ਜੇ ਕਦੇ ਬਾਈ ਤੁਹਾਡਾ ਗੇੜਾ ਵੱਜਾ ਇੱਧਰ ਬਰਨਾਲੇ ਵੱਲ ਤਾਂ ਜ਼ਰੂਰ ਦੇਖਿਓ ਬਾਈ। ਜਿਹੜਾ ਵੀ ਕੋਈ ਬਾਈ ਚੰਡੀਗੜ੍ਹ ਨੂੰ ਜਾਂਦਾ ਖਾਸ ਕਰਕੇ ਬਠਿੰਡੇ ਵਾਲੇ ਮੁਕਤਸਰ ਵਾਲੇ ਜਿਹੜਾ ਇੱਧਰਲੇ ਏਰੀਆ ਚੰਡੀਗੜ੍ਹ ਨੂੰ ਜਾਂਦਾ ਜਮਾਂ ਬਰਨਾਲੇ ਦੇ ਕੋਲੇ ਆ ਤੇ ਜ਼ਰੂਰ ਵਿਜ਼ਿਟ ਕਰਿਓ ਦੇਖਿਓ ਕਿੰਨਾ ਵਧੀਆ ਮੌਲਾਂ ਨਾਲ ਤਾਂ ਬਹੁਤ ਵਧੀਆ ਉੱਤਲੇ ਲੈਵਲ ਦੀ ਗੱਲਬਾਤ ਆ। ਹਾਂ ਤੇ ਬਾਕੀ ਹੁਣ ਸਮਾਪਤੀ ਆ ਬਲੌਗ ਦੀ ਤੇ ਬਾਈ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਰੇ। ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬਾਈ ਦੇਖੀ ਜਾਂਦੇ ਆ ਸਬਸਕ੍ਰਾਈਬ ਨਹੀਂ ਕਰਦੇ ਕਰ ਦਿਓ ਯਾਰ ਬਾਈ ਸਬਸਕ੍ਰਾਈਬ ਕਰ ਦਿਓ। ਚਲੋ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੁਣ ਚੱਲੇ ਆਪਾਂ ਘਰੇ ਦੇਖ ਯਾਰ ਬਾਈ।